ਕਾਫੀ ਪਿੰਡਾਂ 'ਚ ਅਸੀਂ 7-8 ਪਿੰਡ ਰੇਡ ਕੀਤੇ ਅੱਜ, ਅਲੀਵਾਲ ਵਗੈਰਾ, ਕਾਸ਼ਤੀ ਵਗੈਰਾ, ਠੱਠੇ ਪਿੰਡ ਰੇਡ ਕੀਤਾ, ਜਿਸ ਦੌਰਾਨ ਠੱਠੇ ਪਿੰਡ 'ਚ ਸਾਨੂੰ ਜ਼ਮੀਨ 'ਚ ਨੱਪੀ 200 ਲੀਟਰ ਲਾਣ ਮਿਲੀ। ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਹੈ, ਜਿੱਥੇ 2 ਘਰਾਂ ਦੇ ਵਿੱਚੋਂ ਜ਼ਮੀਨ 'ਚ ਨੱਪੀ ਸੀ ਸ਼ਰਾਬ ਲਾਣ ਮਿਲੀ ਹੈ, ਜਿਹਦੇ 1 ਘਰ ਦੇ ਵਿੱਚ 150 ਲੀਟਰ ਅਤੇ 1 'ਚ 100 ਲੀਟਰ ਹੋਰ ਮਿਲੀ। ਇਹ ਤਕਰੀਬਨ 90 ਤੋਂ 100 ਬੋਤਲਾਂ ਬਣੀਆਂ ਸੀ ਇਸ ਟੋਟਲ ਲਾਣ ਤੋਂ। ਇਹਦਾ ਤਾਂ ਨੁਕਸਾਨ ਦਾ ਤੁਸੀਂ ਕੋਈ ਐਸਟੀਮੇਟ ਲਗਾ ਨਹੀਂ ਸਕਦੇ ਹੋ, ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ, ਇਹਦੇ ਨਾਲ ਪੀਣ ਨਾਲ ਤੁਹਾਨੂੰ ਮੌਤ ਹੋ ਸਕਦੀ ਹੈ, ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ, ਹੋ ਸਕਦਾ ਜੀ ਬਤਾਈ ਜਾ ਸਕਦੀ ਹੈ ਚੋਣਾਂ 'ਚ। ਅਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹੁੰਦੇ ਹਾਂ। ਇੱਕ ਠੱਠੇ ਪਿੰਡ 'ਚੋਂ ਫੜੀ ਗਈ ਆ ਅਤੇ ਇੱਕ ਲੰਗਰਵਾਲ 'ਚੋਂ ਫੜੀ ਗਈ ਆ। ਉੱਥੋਂ 200 ਲੀਟਰ ਸੀ, ਇੱਥੇ 200 ਅਤੇ ਆਈ ਥਿੰਕ 150 ਹੋਏਗੀ। ਕਾਫੀ ਪਿੰਡਾਂ 'ਚ ਅਸੀਂ 7-8 ਪਿੰਡ ਰੇਡ ਕੀਤੇ ਅੱਜ, ਅਲੀਵਾਲ ਵਗੈਰਾ, ਕਾਸ਼ਤੀ ਵਗੈਰਾ, ਠੱਠੇ ਪਿੰਡ ਰੇਡ ਕੀਤਾ, ਜਿਸ ਦੌਰਾਨ ਠੱਠੇ ਪਿੰਡ 'ਚ ਸਾਨੂੰ ਜ਼ਮੀਨ 'ਚ ਨੱਪੀ 200 ਲੀਟਰ ਲਾਣ ਮਿਲੀ। ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਹੈ, ਜਿੱਥੇ 2 ਘਰਾਂ ਦੇ ਵਿੱਚੋਂ ਜ਼ਮੀਨ 'ਚ ਨੱਪੀ ਸੀ ਸ਼ਰਾਬ ਲਾਣ ਮਿਲੀ ਹੈ, ਜਿਹਦੇ 1 ਘਰ ਦੇ ਵਿੱਚ 150 ਲੀਟਰ ਅਤੇ 1 'ਚ 100 ਲੀਟਰ ਹੋਰ ਮਿਲੀ। ਇਹ ਤਕਰੀਬਨ 90 ਤੋਂ 100 ਬੋਤਲਾਂ ਬਣੀਆਂ ਸੀ ਇਸ ਟੋਟਲ ਲਾਣ ਤੋਂ। ਇਹਦਾ ਤਾਂ ਨੁਕਸਾਨ ਦਾ ਤੁਸੀਂ ਕੋਈ ਐਸਟੀਮੇਟ ਲਗਾ ਨਹੀਂ ਸਕਦੇ ਹੋ, ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ, ਇਹਦੇ ਨਾਲ ਪੀਣ ਨਾਲ ਤੁਹਾਨੂੰ ਮੌਤ ਹੋ ਸਕਦੀ ਹੈ, ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ, ਹੋ ਸਕਦਾ ਜੀ ਬਤਾਈ ਜਾ ਸਕਦੀ ਹੈ ਚੋਣਾਂ 'ਚ। ਅਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹੁੰਦੇ ਹਾਂ। ਇੱਕ ਠੱਠੇ ਪਿੰਡ 'ਚੋਂ ਫੜੀ ਗਈ ਆ ਅਤੇ ਇੱਕ ਲੰਗਰਵਾਲ 'ਚੋਂ ਫੜੀ ਗਈ ਆ। ਉੱਥੋਂ 200 ਲੀਟਰ ਸੀ, ਇੱਥੇ 200 ਅਤੇ ਆਈ ਥਿੰਕ 150 ਹੋਏਗੀ। ਆਈ ਥਿੰਕ ਨੀਅਰ ਅਬਾਊਟ 80-100 ਬੋਤਲਾਂ 'ਤੇ ਬਣੀ ਜਾਣੀ ਸੀ। ਨੁਕਸਾਨ ਦਾ ਇੱਕ ਤਾਂ ਤੁਹਾਨੂੰ ਪਤਾ ਹੀ ਆ, ਹੈ ਨਾ, ਕੋਜ਼ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ। ਕਾਰਵਾਈ ਇਹਨਾਂ 'ਤੇ FIR ਲਾਂਚ ਹੋਏਗੀ, ਜੋ ਵੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ। ਕਾਫੀ ਪਿੰਡਾਂ 'ਚ ਅਸੀਂ 7-8 ਪਿੰਡ ਰੇਡ ਕੀਤੇ ਅੱਜ, ਅਲੀਵਾਲ ਵਗੈਰਾ, ਕਾਸ਼ਤੀ ਵਗੈਰਾ, ਠੱਠੇ ਪਿੰਡ ਰੇਡ ਕੀਤਾ, ਜਿਸ ਦੌਰਾਨ ਠੱਠੇ ਪਿੰਡ 'ਚ ਸਾਨੂੰ ਜ਼ਮੀਨ 'ਚ ਨੱਪੀ 200 ਲੀਟਰ ਲਾਣ ਮਿਲੀ। ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਹੈ, ਜਿੱਥੇ 2 ਘਰਾਂ ਦੇ ਵਿੱਚੋਂ ਜ਼ਮੀਨ 'ਚ ਨੱਪੀ ਸੀ ਸ਼ਰਾਬ ਲਾਣ ਮਿਲੀ ਹੈ, ਜਿਹਦੇ 1 ਘਰ ਦੇ ਵਿੱਚ 150 ਲੀਟਰ ਅਤੇ 1 'ਚ 100 ਲੀਟਰ ਹੋਰ ਮਿਲੀ। ਇਹ ਤਕਰੀਬਨ 90 ਤੋਂ 100 ਬੋਤਲਾਂ ਬਣੀਆਂ ਸੀ ਇਸ ਟੋਟਲ ਲਾਣ ਤੋਂ। ਇਹਦਾ ਤਾਂ ਨੁਕਸਾਨ ਦਾ ਤੁਸੀਂ ਕੋਈ ਐਸਟੀਮੇਟ ਲਗਾ ਨਹੀਂ ਸਕਦੇ ਹੋ, ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ, ਇਹਦੇ ਨਾਲ ਪੀਣ ਨਾਲ ਤੁਹਾਨੂੰ ਮੌਤ ਹੋ ਸਕਦੀ ਹੈ, ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ, ਹੋ ਸਕਦਾ ਜੀ ਬਤਾਈ ਜਾ ਸਕਦੀ ਹੈ ਚੋਣਾਂ 'ਚ। ਅਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹੁੰਦੇ ਹਾਂ। ਇੱਕ ਠੱਠੇ ਪਿੰਡ 'ਚੋਂ ਫੜੀ ਗਈ ਆ ਅਤੇ ਇੱਕ ਲੰਗਰਵਾਲ 'ਚੋਂ ਫੜੀ ਗਈ ਆ। ਉੱਥੋਂ 200 ਲੀਟਰ ਸੀ, ਇੱਥੇ 200 ਅਤੇ ਆਈ ਥਿੰਕ 150 ਹੋਏਗੀ। ਆਈ ਥਿੰਕ ਨੀਅਰ ਅਬਾਊਟ 80-100 ਬੋਤਲਾਂ 'ਤੇ ਬਣੀ ਜਾਣੀ ਸੀ। ਨੁਕਸਾਨ ਦਾ ਇੱਕ ਤਾਂ ਤੁਹਾਨੂੰ ਪਤਾ ਹੀ ਆ, ਹੈ ਨਾ, ਕੋਜ਼ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ। ਕਾਰਵਾਈ ਇਹਨਾਂ 'ਤੇ FIR ਲਾਂਚ ਹੋਏਗੀ, ਜੋ ਵੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ।